नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। अमृतसर के अधीन आते गांव इपन कला में एक कोल्ड स्टोर को लगभग 40 लुटेरों ने बनाया निशाना। 2 करोड़ रुपयों का ड्राई फ्रूट लूट हुए फरार। भिकीबिंड के थाना खालड़ा पुलिस ने गश्त के दौरान एक नशा तस्कर को किया काबू। 541 ग्राम हेरोइन की बरामद। जालंधर कमिश्नरेट पुलिस ने 2 नाबालिग लड़कियों को 24 घंटों में ढूंढ निकाला। माता पिता की किया हवाले। और अब हलचल विस्तार से। अमृतसर में लगभग 2 करोड़ रुपयों के ड्राई फ्रूट के लूट का मामला सामने आया है। प्राप्त जानकारी के अनुसार अमृतसर के थाना चाटीविंड के अधीन आते गांव इबन कला में एक कोल्ड स्टोर में देर रात 30 से 40 लोगों द्वारा लूट की वारदात को अंजाम दिया गया। इस दौरान लुटेरे रात्रि 1 बजे के करीब कोल्ड स्टोर में दाखिल हुए और वहाँ काम कर रहे कर्मचारियों को बंधक बनाकर लूट की वारदात को अंजाम दिया। बताया जा रहा है कि लुटेरे अपने साथ तेजधार हथियार और पिस्तौल लेकर आए थे। वह हथियारों की नोक पर ही इस वारदात को अंजाम दिया गया। तो वहीं कोल्ड स्टोर के मालिक हैप्पी अरोड़ा ने बताया कि उन्हें सुबह 4:15 बजे के करीब फ़ोन आया कि उनके कोल्ड स्टोर में लूट हो गई है, जिसके बाद वे मौके पर पहुंचे। उन्होंने बताया कि उनके पास मजिठा मंडी के व्यापारियों का सामान पड़ा था, जिसे लुटेरे लूट कर ले गए हैं। उन्होंने बताया कि लुटेरे अपने साथ एक ट्रक और एक महिंद्रा गाड़ी भी लेकर आए थे। वहीं उन्होंने कहा कि लुटेरे व्यापारियों का करोड़ों रुपयों का ड्राई फ्रूट का सामान और स्टोर में लगी CCTV कैमरों का DVR भी अपने साथ ले गए। उन्होंने कहा कि लुटेरे जाते समय उनके कर्मचारियों को कमरे में बंद कर उनका फ़ोन भी अपने साथ ले गए। तो वहीं घटना की सूचना मिलते ही मौके पर पहुंचे थाना चाटीबिंड के पुलिस अधिकारी शमशेर सिंह ने बताया कि CCTV कैमरे फूंगा ले जा रहे हैं और मामले की जांच की जा रही है। जल्द ही लुटेरों को काबू कर लिया जाएगा। अमृतसर से हलचल के लिए सुनील खोसला की रिपोर्ट। अपना नाम दस, कितने स्टोर है? मेरा नाम जी है हैप्पी अरोड़ा। ਇਹ ਸਟੋਰ ਹੈ ਏ ਕੋਲ ਸਟੋਰ ਚਬਾਰ ਰੋਡ ਇਬਨ ਕਲਾ। ਕੀ ਗੱਲ ਹੋਈ ਹੈ ਜੀ? ਇਹ ਰਾਤੀ ਕੋਈ 1:30 ਵਜੇ ਬੰਦੇ ਆਏ ਹੈ ਇੱਥੇ, 35 ਤੋਂ 40 ਬੰਦੇ ਤੱਕ, ਜਿਹਨਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ। ਅਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਅਤੇ ਗੱਡੀ 1 ਟਰੱਕ ਅਤੇ 1 ਮਹਿੰਦਰਾ ਲੋਡ ਕਰਕੇ ਉੱਥੋਂ ਲੈ ਗਏ। ਇਹ ਸਾਨੂੰ 4:00 ਵਜੇ ਅਤੇ 21 ਮਿੰਟ 'ਤੇ ਬਾਹਰ ਕੈਮਰਿਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ। ਅਸੀਂ ਸਾਨੂੰ 4-40 ਦੇ ਬੰਦਿਆਂ ਨੇ ਅੰਦਰੋਂ ਆਪਣੇ ਜਿਹੜੇ ਬੰਦੀ ਬਣੇ ਸੀ ਉਹਨਾਂ ਨੇ ਬੂਹੇ ਬੂਹੇ ਤੋੜ ਕੇ ਬਾਹਰ ਆਏ ਅਤੇ ਉਹਨਾਂ ਨੇ ਸਾਨੂੰ ਫੋਨ ਕੀਤਾ। ਅਸੀਂ 4:40 ਅਤੇ 45 ਦੇ ਇੱਥੇ ਪਹੁੰਚ ਗਏ ਸੀ। ਬੰਦੇ 35 ਤੋਂ 40 ਤੱਕ ਗਏ। ਕੀ ਚੋਰੀ ਹੋਇਆ? ਚੋਰੀ ਦੇਖੋ ਜੀ, ਇਹ ਐਸਟੀਮੇਟ ਲੱਗਦਾ ਪਿਆ ਤਕਰੀਬਨ ਕੋਈ 1.5 ਤੋਂ ਲੈ ਕੇ 2 ਕਰੋੜ ਤੱਕ ਨੁਕਸਾਨ। ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈਗੇ ਜਿਹੜੇ ਚੋਰੀ ਹੋਏ? ਮਹਿੰਗੇ ਪਦਾਰਥ ਸਾਰੇ ਹੈ ਜੀ, ਇੱਥੇ ਸਸਤਾ ਪਦਾਰਥ ਕੋਈ ਵੀ ਨਹੀਂ ਗਾ, ਕਿਉਂ ਕਾਜੂ ਹੈ ਅਤੇ ਉਹ ਵੀ ਮਹਿੰਗਾ, ਅੰਜੀਰ ਹੈ ਉਹ ਵੀ ਮਹਿੰਗੀ ਹੈ। ਅਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ, ਕਿਉਂ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ। ਮੈਂ ਤਕਰੀਬਨ ਇੰਨਾ ਨੁਕਸਾਨ ਤਾਂ ਹੈਗਾ ਹੀ ਹੈ, ਇਸ ਤੋਂ ਵੱਧ ਹੋ ਸਕਦਾ ਘੱਟ ਨਹੀਂ। ਕਿੰਨੇ ਵਜੇ ਦਾ ਸਮਾਂ ਦੱਸਿਆ ਜਾ ਰਿਹਾ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ? ਬੰਦੇ ਸਾਡੇ 7 ਹੈਗੇ ਜੀ। ਉਹ ਹਥਿਆਰਾਂ ਦੇ ਨਾਲ ਆਏ ਸੀ? ਉਹ ਹਥਿਆਰਾਂ ਨਾਲ ਆਏ ਸੀ, 5 ਬੰਦਿਆਂ ਕੋਲ ਹਥਿਆਰ ਹੈਗਾ ਸੀ ਅਤੇ ਬਾਕੀ ਬੰਦਿਆਂ ਕੋਲ ਮਤਲਬ ਉਹਨੇ ਹਥਿਆਰ ਨਹੀਂ ਸੀਗਾ।
ਹੁਸ਼ਿਆਰ ਹੋਏਗਾ ਪੰਜ ਬੰਦਿਆਂ ਉਦੋਂ ਉਹਨਾਂ ਨੇ ਵੇਖਿਆ ਉਹਨਾਂ ਬੰਦੀ ਬਣਾ ਲਿਆ ਤੁਹਾਡੇ ਬੰਦੇ ਹਾਂਜੀ ਬੰਦੀ ਬਣਾ ਕਿੰਨੇ ਵਜੇ ਟਾਈਮ ਜਦੋਂ ਬੰਦੀ ਬਣਾਇਆ ਡੇਢ ਵਜੇ ਅੰਦਰ ਆਏ ਜੀ ਅਤੇ ਚਾਰ ਵਜੇ ਦੇ ਕਰੀਬ ਗਏ ਆ ਲੱਗਦਾ ਇੱਕ ਵੱਡਾ ਘਾਟਾ ਪੈ ਗਿਆ ਜੀ ਹਾਂਜੀ ਇੱਥੇ ਤਾਂ ਬਹੁਤ ਵੱਡਾ ਘਾਟਾ ਜੀ ਵਪਾਰੀਆਂ ਦਾ ਮਾਲ ਹੁੰਦਾ ਵਪਾਰੀ ਸਾਨੂੰ ਭੇਜਦੇ ਆ ਅਸੀਂ ਰੈਂਟ 'ਤੇ ਉਹਨਾਂ ਦਾ ਮਾਲ ਰੱਖਦੇ ਹਾਂ ਅਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਤੋਂ ਛੇਤੀ ਫੜੇ ਜਾਣਗੇ ਪੁਲਿਸ ਮੌਕੇ 'ਤੇ ਪਹੁੰਚੀ ਪੁਲਿਸ ਹਾਂ ਪੁਲਿਸ ਗਏ ਪੁਲਿਸ ਕਮਿਸ਼ਨਰ ਸਾਹਿਬ ਉਹ ਗਏ ਆ ਸੀ ਸੀ ਟੀ ਵੀ ਸਾਹਮਣੇ ਆਈ ਜੀ ਸੀ ਸੀ ਟੀ ਵੀ ਕਹਿ ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ 'ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਨੀ ਜਲਦੀ ਜਲਦੀ ਚੋਰ ਫੜੇ ਜਾਣ ਅਤੇ ਦੇਖੋ ਮੈਂ ਤਾਂ ਇਹੋ ਹੀ ਮੰਗ ਕਰਾਂ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ ਅਤੇ ਲੱਗਦਾ ਕਿ ਲੋਕ ਤੁਹਾਡੇ 'ਤੇ ਵਿਸ਼ਵਾਸ ਹੈ ਕਰਕੇ ਇੰਨਾ ਮਾਲ ਰੱਖਦੇ ਨੇ ਲੋਕ ਵਿਸ਼ਵਾਸ ਕਰਦੇ ਆ ਲੋਕ ਸਾਡੇ 'ਤੇ ਵਿਸ਼ਵਾਸ ਕਰਦੇ ਆ ਅਤੇ ਇੰਨਾ ਮਾਲ ਰੱਖਦੇ ਆ ਅਤੇ ਬਾਕੀ ਸਾਡਾ ਵੀ ਹੁਣ ਜੇ ਗੌਰਮੈਂਟ ਚਾਹੇ ਅਤੇ ਸਾਥ ਦੇਵੇ ਅਤੇ ਸਾਡੇ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਹੇ ਸਾਰੀ ਉਮਰ ਮੇਰਾ ਆਤਮਾਜੀਤ ਕਿੱਥੇ ਕੰਮ ਕਰਦੇ ਹੋ ਇੱਕ ਹੋਰ ਸਟੋਰ 'ਚ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ 8-10 ਸਾਲ ਹੋ ਜੀ ਅਤੇ ਕੀ ਘਟਨਾ ਵਾਪਰੀ ਰਾਤੀ ਰਾਤੀ ਜੀ 2:30 ਵਜੇ ਦੇ ਵਿੱਚ 2 ਵਜੇ ਦੇ ਵਿੱਚ ਬੰਦੇ ਆਏ ਅਤੇ ਹਥਿਆਰ ਉਹਨਾਂ ਕੋਲ ਅਤੇ ਉਹਨਾਂ ਆਣ ਕੇ ਮਾਰਨ ਦੀ ਕੀਤੀ ਆ ਕਿਸੇ ਉਸੇ 'ਤੇ ਰੱਖ ਲਿਆ ਕਿਸੇ ਕਿਤੇ ਰੱਖ ਲਿਆ ਅਤੇ ਬੰਨ ਦਾ ਸਾਨੂੰ ਸਾਰਿਆਂ ਨੂੰ 6-7 ਜਾਣੇ ਨੇ 6-7 ਜਾਣੇ ਹਾਂ 6-7 ਜਾਣੇ ਨੇ ਬੰਦ ਕਮਰੇ 'ਚ ਤੁਸੀਂ ਨਾ ਇੱਥੇ ਹਾਂ ਜੀ ਓਪਨ ਦੇ ਵਿੱਚ ਹਾਂਜੀ ਸਾਨੂੰ ਉਹ ਕਮਰੇ 'ਚ ਬੰਨ ਕਰਤਿਆ ਅਤੇ ਆਏ ਕਿਸ ਚੀਜ਼ ਉੱਪਰ ਆਏ ਕਾਹਦੇ 'ਤੇ ਆਏ ਜੀ ਪਹਿਲਾਂ ਤਾਂ ਉਹ ਤਰ੍ਹਾਂ ਹੀ ਆਏ ਆ ਪੌੜੀ ਲੱਗੀ ਪਿੱਛੇ ਅਤੇ ਫਿਰ ਉਹ ਗੱਡੀ 'ਤੇ ਵੀ ਆਏ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕੇ ਬੜਾ ਲੈ ਗਿਆ ਜੀ ਬਹੁਤ ਜ਼ਿਆਦਾ ਤੁਸੀਂ ਸੀ ਸੀ ਟੀ ਵੀ ਕੈਮਰੇ ਲੱਗੇ ਸੀ ਹਾਂਜੀ ਲੱਗੇ ਉਹ ਵੀ ਚੁੱਕੇ ਲੱਗੇ ਸੀ ਸੀ ਟੀ ਵੀ ਕੈਮਰੇ ਹਾਂਜੀ ਉਹ ਕਹਿੰਦੇ ਹੁਣ ਮਾਰਿਆ ਮੁਰਿਆ ਤਾਂ ਨਹੀਂ ਮਾਰਿਆ ਜੀ ਮੈਨੂੰ ਮਾਰਿਆ ਬੰਦੇ ਨੂੰ ਮਾਰਿਆ ਅਤੇ ਮਹਿੰਗਾ ਸਮਾਨ ਕਿਹੜਾ ਖੜਾ ਕਾਜੂ ਜੀ ਸਭ ਤੋਂ ਜਿਹੜਾ ਮਹਿੰਗਾ ਹਾਂਜੀ ਕਾਲੀ ਮਿਰਚ ਹੋ ਗਈ ਸਮਾਂ ਕਿੰਨੇ ਵਜੇ ਦਾ ਸੀ ਸਮਾਂ ਹੈਗਾ ਸੀ 2 ਤੋਂ 1:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹੇ ਉਹ ਗਏ ਜੀ ਜਦੋਂ ਬਾਬਾ ਬੋਲਿਆ 4 ਵਜੇ ਹਾਂਜੀ ਅਤੇ ਹਥਿਆਰ ਵੀ ਉਹਨਾਂ ਕੋਲ ਹੈਗੇ ਹਾਂਜੀ ਕੋਈ ਸਹੀ ਮੌਕੇ 'ਤੇ ਹਾਂਜੀ ਸਹੀ ਪੁਲਿਸ ਸਵੇਰੇ ਸਾਨੂੰ ਜਦੋਂ ਅਸੀਂ ਖੁੱਲ੍ਹੇ ਨਾ ਉਹ ਵੇਖੋ ਅਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ ਫਿਰ ਆਏ ਉਹ ਕਹਿੰਦੇ ਜੀ ਫੋਨ ਵੀ ਤੁਹਾਡੇ ਰੱਖ ਲਏ ਸੀ ਉਹਨਾਂ ਨੇ ਸਾਰੇ ਫੋਨ ਪਹਿਲਾਂ ਖੋਲ੍ਹੇ ਜੀ ਸ਼ਾਇਦ 7 ਕਿੰਨੇ ਜਾਣੇ ਦੱਸੇ ਜਾਣੇ 7 ਜਾਣੇ ਉਹ ਕਿੰਨੇ ਜਾਣੇ ਸੀ ਉਹ ਤਾਂ 35-40 ਜਾਣੇ ਕਹਿੰਦਾ ਟੱਪ ਕੇ ਆਏ ਸੀ ਹਾਂਜੀ ਹਾਂਜੀ ਅਤੇ ਫਿਰ ਕਹਿੰਦੇ ਉੱਤੋਂ ਬਾਬੂ ਆ ਵੀ ਖੋਲ੍ਹਿਆ ਹਾਂਜੀ ਸਭ ਖੋਲ੍ਹੇ ਉਹਨੇ ਹੀ ਖੋਲ੍ਹੀ ਕਿਸੇ ਨੇ ਸਾਡੇ ਬੰਦੇ ਨੂੰ ਇੱਥੇ ਬਣਕੜਾ ਇੱਕ ਕੋਲਡ ਸਟੋਰ ਆ ਉੱਥੇ ਆਏ ਹਾਂ ਮੌਕਾ ਵੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਅਤੇ ਕੋਲਡ ਸਟੋਰ 'ਤੇ ਕੁਝ ਕਾਜੂ ਜਿਵੇਂ ਅੰਜੀਰ ਆ ਇਹੋ ਜਿਹੇ ਵਰਾਇਟੀਆਂ ਕੁਛ ਨਾ ਅਣਪਛਾਤੇ ਕੋਈ ਕੰਪਲੇਂਟ ਆਈ ਲੈ ਕੇ ਆ ਇੱਥੋਂ ਅਤੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵਾਈ ਕੀਤੀ ਜਾਊ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ ਅਤੇ ਕਿੰਨੇ ਬੰਦੇ ਦੱਸੇ ਜਾ ਰਹੇ ਕੋਈ ਮਾਲਕ ਮਕਾਨ ਦੱਸਿਆ ਗਿਆ ਸਟੋਰ ਵੱਲੋਂ ਉਹ ਇਹ ਤਸਦੀਕ ਕਰ ਰਹੇ ਪੁੱਛਗਿੱਛ ਕਰ ਰਹੇ ਉਹਨਾਂ ਕੋਲੋਂ ਮਾਮਲਾ ਦਰਜ ਕਰ ਲਿਆ ਹਾਂ ਹਾਂਜੀ ਮਾਮਲਾ ਦਰਜ ਕਰਕੇ ਤਫਤੀਸ਼ ਸਟਾਰਟ ਕਰ ਰਹੇ ਭੀਖੀਵਿੰਡ ਕੇ ਅਧੀਨ ਆਤੀ ਖਾਲੜਾ ਪੁਲਿਸ ਨੇ ਇੱਕ ਨਸ਼ਾ ਤਸਕਰ ਕੋ ਕਾਬੂ ਕਰਨੇ ਮੇਂ ਬੜੀ ਸਫਲਤਾ ਹਾਸਿਲ ਕੀ ਹੈ ਇਸ ਸੰਬੰਧ ਮੇਂ ਜਾਣਕਾਰੀ ਦੇਤੇ ਹੋਏ ਸਬ ਡਿਵੀਜ਼ਨ ਭੀਖੀਵਿੰਡ ਕੇ DSP ਸਰਬਜੀਤ ਸਿੰਘ ਬਾਜਵਾ ਨੇ ਬਤਾਇਆ ਕਿ ਥਾਣਾ ਖਾਲੜਾ ਕੇ SHO ਸਤਪਾਲ ਸਿੰਘ ਦੁਆਰਾ ਗਲਤ ਤੱਤਵੋਂ ਕੇ ਖਿਲਾਫ਼ ਕਾਰਵਾਈ ਕਰਤੇ ਹੋਏ ਪੁਲਿਸ ਟੀਮ ਵੀ ਬਣਾਕਰ ਅਲੱਗ ਅਲੱਗ ਸਥਾਨ ਪਰ ਭੇਜੀ ਜਾਤੀ ਹੈ ਇਸ ਦੌਰਾਨ ਜਬ ASI ਗੁਰਜੀਤ ਸਿੰਘ ਆਪਣੇ ਸਾਥੀ ਕਰਮਚਾਰੀਆਂ ਔਰ BSF ਕੇ ਅਧਿਕਾਰੀਆਂ ਕੇ ਸਾਥ ਗਸ਼ਤ ਕਰਤੇ ਹੋਏ ਗਾਂਵ ਢਲ ਕੇ ਅਠਵਾਲਾ ਪੁਲ ਕੇ ਨਜ਼ਦੀਕ ਪਹੁੰਚੇ ਤੋ ਉਸ ਸਾਹਮਣੇ ਸੇ ਇੱਕ ਨੌਜਵਾਨ ਆਤਾ ਹੋਆ ਦਿਖਾਈ ਦਿਆ ਜੋ ਪੁਲਿਸ ਪਾਰਟੀ ਕੋ ਦੇਖ ਕਰ ਘਬਰਾ ਗਿਆ ਔਰ ਪਿੱਛੇ ਕੀ ਤਰਫ ਮੁੜਨੇ ਲਗਾ ਤੋ ਵਹੀ ਸੰਦੇਹ ਕੇ ਆਧਾਰ ਪਰ ਜਬ ਪੁਲਿਸ ਨੇ ਉਕਤ ਨੌਜਵਾਨ ਕੋ ਕਾਬੂ ਕਰ ਉਸਕੀ ਤਲਾਸ਼ੀ ਲਈ ਤੋ ਉਸਕੇ ਪਾਸ ਸੇ 541 ਗ੍ਰਾਮ ਹੈਰੋਇਨ ਬਰਾਮਦ ਹੋਈ
जिसके बाद पुलिस ने नौजवान को हिरासत में ले लिया। उन्होंने बताया कि पकड़े गए आरोपी की पहचान प्रभजीत सिंह उर्फ प्रभ निवासी राजू के तौर पर हुई है। फिलहाल आरोपी पर मामला दर्ज कर आगे की कार्रवाई की जा रही है। ये कल मिति 3/9/24 साढ़े खालड़ा जी खालड़ा जी थाने की पुलिस काफ़ी वड्डी सफलता मिली जदों उ एस एच ओ खालड़ा इंस्पैक्टर सतपाल सिंह की निगरानी हेठ ए एस आई गुरजीत सिंह समेत पुलिस पार्टी समेत बी एस एफ ये गश्त कर रहे थे पिंड वाह तारा सिंह तो इधर पिंड डालो साइड न आ रहे थे जदों जरा पुल हैगा अठ वाला वो नज़दीक पुजे तो अगों सामने एक नौजवान जरा उन्होंने वेख के पिछे भजन लगा जिन्होंने इन्होंने काबू किया। काबू करके वो तलाशी ली। तलाशी दौरान उन्हें लक के नाल पीला परना बन्या जिसे हैरोइन बरामद हुई। हैरोइन का जरा वेट किया गया वेट करते 541 ग्राम जी हैरोइन बरामद हुई। जिहड़ा दोषी है इन्हें अपना नाँ जिहड़ा प्रभजोत सिंह उर्फ प्रभ साना हरेशम सिंह वासी पिंड राजू के दस्सिया। नहीं इतने पहला कोई मुकदमा दर्ज नहीं पर यदि जी पुछगछ आया भी इन्हें 3-4 महीने तो यह काम जरा शुरू किया। एक दो कंसाइनमेंट इन्हें पहला भी अद्धा अद्धा किलो ज बोतल टाइप छटवाई सी जी अगे इन्हें डिलीवर की। हाँ जी पाकिस्तान के नाल उत्थे फोन करके मंगवा ड्रोन राही तो कल भी इन्हें जी ड्रोन राही परसों छटवाई सी उत्थे भाल करके लिया के जा रहा है जितों आप पुलिस पार्टी ने काबू कर लिया। नाबालिग लड़कियों को सुरक्षित ढूंढ निकाला। इस सफलता का श्रेय पुलिस कमिश्नर स्वपन शर्मा के नेतृत्व में पुलिस टीमों को जाता है जिन्होंने त्वरित कार्रवाई पर लड़कियों को बरामद कर लिया। तो वहीं पुलिस कमिश्नर स्वपन शर्मा ने जानकारी देते हुए बताया कि अंजू निवासी रामपुरा फूल जिला बठिंडा ने शिकायत की थी कि उसकी बेटी जो कि जालंधर के कपूरथला रोड स्थित एक स्कूल में 11वीं कक्षा की छात्रा है लापता हो गई थी। ये घटना 2 सितंबर की शाम की है जब स्कूल की क्लास इंचार्ज ने फोन कर उसकी बेटी के गायब होने की सूचना दी। वहीं शिकायत दर्ज करने के बाद इसी प्रकार की एक और घटना सामने आई जिसमें एक अन्य नाबालिग लड़की भी लापता हो गई थी। वहीं पुलिस ने तुरंत कार्रवाई करते हुए थाना बस्ती बाबा खेल में बीएनएस के तहत मामला दर्ज किया। पुलिस ने लापता लड़कियों की तलाश के लिए विभिन्न टीमें गठित की जो कई शहरों और जिलों में जाकर उनकी खोज में जुट गई। वहीं वैज्ञानिक और तकनीकी खुफिया जानकारी के आधार पर पुलिस को दोनों लड़कियों का पता जम्मू कश्मीर में चला। पुलिस टीमों ने त्वरित कार्रवाई करते हुए जम्मू कश्मीर से दोनों लड़कियों को बरामद कर लिया। जांच के बाद दोनों लड़कियों को उनके माता पिता को सौंप दिया गया। जालंधर से हलचल के लिए कैमरामैन रजनीश शर्मा की रिपोर्ट। अब तुसी भी जानते हो कि जालंधर के एक मशहूर स्कूल तो दो लड़कियां गायब हुई थी। 2 तारीख नू शाम नू सानू इन्फॉर्मेशन मिली लेट इवनिंग जदों वो सानू इन्फॉर्मेशन मिली माननीय सीपी साहब के निर्देश ने उन्होंने सानू गाइड किया। असी जिहड़े वख वख थावां ते असी चैकिंग कराई है जिहड़े भी पब्लिक प्लेसिज है रेलवे स्टेशन बस स्टैंड होटल्स लॉज गुरद्वारा साहब मंदिर इस तो इलावा जिहड़े भी पॉसीबल प्लेसिज सी उत्थे असी पूरी चैकिंग असी कराया है। इस तो इलावा असी वख वख टीमां ला के असी CCTV फुटेज वालों भी उहदे 'च भी काम किया। इस तो इलावा असी स्कूल प्रशासन ने नाल भी गलबात की उहदे बाकी चीज़ों नूं देखण तो बाद असी जिहड़े हैगे इहदे 'च असी मैक्सिमम कपैसिटी नाल जिहड़े हैगे मल्टीपल SHOs जो हैगे टैक्नीकल ह्यूमन इंटरफे असी लए सी।
ਤੋਂ ਸਾਨੂੰ ਹਿਊਮਨ ਇੰਟ ਤੋਂ ਹੀ ਪਤਾ ਚੱਲਿਆ ਬਾਅਦ 'ਚ ਕਿ ਬਈ ਇਹ ਕੁੜੀਆਂ ਦੀ ਲੋਕੇਸ਼ਨ J&K ਦੀ ਮਿਲੀ ਹੈ। ਤਾਂ ਇਮੀਡੀਏਟਲੀ ਅਸੀਂ ਰਾਬਤਾ ਕਰਕੇ J&K ਪੁਲਿਸ ਦੇ ਸਹਿਯੋਗ ਨਾਲ ਇਹਨਾਂ ਕੁੜੀਆਂ ਨੂੰ ਡਿਸਟ੍ਰਿਕਟ ਰਿਆਸੀ ਤੋਂ ਅਸੀਂ ਉਹਨਾਂ ਨੂੰ ਰਿਕਵਰ ਕੀਤਾ ਹੈ। ਇਹਦਾ ਤਾਂ ਐਜ ਆਫ ਨਾਓ ਕੁੜੀਆਂ ਜਸਟ ਆਈ ਹੈਗੀ, ਬਾਕੀ ਜਿਹੜਾ ਤਫਤੀਸ਼ ਦਾ ਸਬਜੈਕਟ ਹੈ ਕਿ ਤਫਤੀਸ਼ 'ਚ ਸਾਹਮਣੇ ਆਏਗਾ ਕਿ ਵੀ ਕੀ ਕਿਸ ਹਿਸਾਬ ਨਾਲ ਸਰ ਕੋਈ ਲੈ ਕੇ ਗਿਆ ਸੀ ਜਾਂ ਫਿਰ ਲੜਕੀਆਂ ਆਪ ਹੀ ਗਈਆਂ ਸੀ, ਕੁਛ ਮੁੱਢਲੀ ਇਨਫੋਰਮੇਸ਼ਨ ਕੁਛ ਆਇਆ ਹੋਵੇ? ਦੇਖੋ ਪ੍ਰਾਈਮਾ ਫਿਸਾਈ ਤੋਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਹੋਈ, ਲੜਕੀਆਂ ਆਪਣੀ ਮਰਜ਼ੀ ਨਾਲ ਹੀ ਜਿਹੜੀ ਗਈ ਸੀ। ਬਟ ਚੂੰਕਿ ਤੁਸੀਂ ਵੀ ਜਾਣਦੇ ਹੋਗੇ ਕਿ ਇਹਦੇ 'ਚ ਜਿਹੜਾ ਵੀ ਲੀਗਲ ਪ੍ਰੋਸੈਸ ਜਿਹੜੀ ਦੇ ਅਕੋਰਡਿੰਗ ਅਸੀਂ ਜਿਹੜੀ ਕਾਰਵਾਈ ਬਣਦੀ ਹੈਗੀ, ਅਸੀਂ ਉਸ ਹਿਸਾਬ ਨਾਲ ਜਿਹੜਾ ਹੈਗਾ ਕਾਰਵਾਈ ਕੀਤੀ ਹੈ। ਪੇਰੈਂਟਸ ਦੇ ਸਪੋਰਟ ਕਰ ਦਿੱਤੀਆਂ ਬੱਚੀਆਂ ਹੁਣ? ਹਾਂਜੀ ਹਾਂਜੀ ਹਾਂਜੀ, ਵੀ ਐਜ ਆਫ ਨਾਓ ਅਸੀਂ ਉਹਨਾਂ ਨੂੰ ਜੁਵੇਨਾਈਲ ਕੋਰਟ 'ਚ ਪੇਸ਼ ਕਰਾਂਗੇ, ਉਸ ਤੋਂ ਬਾਅਦ ਜਿਹੜਾ ਹੈਗਾ ਪੇਰੈਂਟਸ ਦੀ ਜਿਹੜੀ ਸਪੁਰਦਗੀ ਹੈ ਉਹ ਦੋਨੋਂ ਸਹੇਲੀਆਂ ਦੇ ਦੋਨੋਂ ਸਕੂਲ ਦੀ? ਹਾਂ ਦੋਨੋਂ ਸਕੂਲ ਦੀ ਇੱਕ ਹੀ ਕਲਾਸ 'ਚ ਪੜ੍ਹਨ ਵਾਲੀ। ਅੱਛਾ, ਇਹ ਕਰਦਿਆਂ ਜਦੋਂ ਇਹ ਗਈਆਂ ਜਿਵੇਂ ਵੈਸ਼ਨੋ ਦੇਵੀ ਗਈਆਂ ਹੈਗੀਆਂ ਨੇ, ਇਹਨਾਂ ਨੇ ਦੱਸਿਆ ਕਿ ਇਹ ਕਿਹਨਾਂ ਦੇ ਨਾਲ ਗਈਆਂ ਸੀ, ਕਿਉਂ ਗਈਆਂ ਸੀ? ਅਸੀਂ ਇਸ ਸਟੇਜ 'ਤੇ ਅਸੀਂ ਇਸ ਬਾਰੇ ਕੁਛ ਵੀ ਨਹੀਂ ਦੱਸ ਸਕਦੇ ਕਿਉਂਕਿ ਅਸੀਂ ਉਹਨਾਂ ਨੂੰ ਰਿਕਵਰ ਕਰਕੇ ਇੱਥੇ ਲਿਆਏ ਹੈਗੇ, ਬਾਅਦ 'ਚੋਂ ਜਿਹੜਾ ਪੁੱਛਗਿੱਛ ਆਏਗੀ ਉਹਦੇ 'ਚ ਅਕੋਰਡਿੰਗਲੀ ਅਸੀਂ ਕਰਾਂਗੇ। ਸਕੂਲ ਪ੍ਰਸ਼ਾਸਨ ਨੂੰ ਇਨਫੋਰਮ ਹੋ ਕਰ ਦਿੱਤਾ ਗਿਆ ਕਿ ਲੜਕੀਆਂ ਇੱਥੋਂ ਮਿਲ ਗਈਆਂ ਨੇ? ਸਕੂਲ ਪ੍ਰਸ਼ਾਸਨ ਨੂੰ ਇਨਫੋਰਮ ਕਰ ਦਿੱਤਾ, ਪਰ ਸਕੂਲ ਦੇ ਜਿਹੜੇ ਐਡਮਿਨਿਸਟ੍ਰੇਟਰ ਆ ਉਹਨਾਂ ਨੂੰ। ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਪੂਰਾ ਲੀਡ ਕਿਵੇਂ ਮਿਲੀ ਜਿਹੜੀ ਹਿਊਮਨਿਟੀ? प्रवर्तन निदेशालय द्वारा कांग्रेस नेता भारत भूषण आशू से जुड़े धन शोधन मामले में कार्रवाई तेज हो गई है। इस सिलसिले में ईडी ने आशू के करीबी सहयोगी राशिदीप सिंह को गिरफ्तार कर 9 सितंबर तक रिमांड पर भेजा है। वहीं जांच एजेंसी ने अदालत से 7 दिन की रिमांड की मांग की थी, लेकिन जज ने 5 दिन का रिमांड मंजूर किया है। इस दौरान ईडी राजदीप से पूछताछ कर उनके और भारत भूषण आशू के बीच कथित आर्थिक लेन देन और अन्य संदिग्ध गतिविधियों की जानकारी हासिल करने का प्रयास करेगी। तो वहीं अदालत ने कांग्रेस नेता भारत भूषण आशू की न्यायिक हिरासत को 14 दिन के लिए बढ़ा दिया है। आशू पहले से ही इस मामले में जेल में है और उनकी हिरासत की अवधि में ये वृद्धि ईडी की लगातार चल रही जाँच का हिस्सा है। माना जा रहा है कि राजदीप सिंह की गिरफ्तारी के बाद मामले में कुछ नए सुराग मिल सकते हैं, जिससे इस कथित धन शोधन मामले में और भी बड़ी गिरफ्तारियां हो सकती हैं। जालंधर से हलचल के लिए कैमरामैन रजनी शर्मा की रिपोर्ट। आशू जी की हाजिरी लग गई है, 19 तरीक उन्होंने हाजिरी वास्ते डेट पै गई है, क्योंकि अब सिर्फ अपीयरेंस वास्ते डेट सी। उसदे विच इनफैक्ट मैं नहीं सीगा, मैं तो सिर्फ आशू जी वालों हाँ, उन्होंने वालों कोई होर वकील सीगे। ਅਤੇ ਮੰਨ ਲਓ ਤੁਹਾਨੂੰ ਕੀ ਲੱਗਦਾ ਉਸ ਕੇਸ ਕੁਛ ਹੈਗਾ ਕਿ ਲਗਾਤਾਰ ਈਡੀ ਗ੍ਰਿਫਤਾਰ ਕਰ ਰਹੀ ਹੈ ਨਵੇਂ ਤੋਂ ਨਵੇਂ ਬੰਦੇ ਨੂੰ ਇਹਦੇ ਨਾਲ ਸਾਥ? ਕਿਉਂਕਿ ਹਾਲੇ ਸਬਜੁਡਾਈਸ ਹੈ, ਇਸ ਬਾਰੇ ਕੋਈ ਮੈਂ ਕਾਗਜ਼ ਪੜ੍ਹਾਂਗਾ ਫਿਰ ਹੀ ਦੱਸਾਂਗਾ, ਕਿਉਂਕਿ ਉਹ ਸਾਡੇ ਕੋਲ ਕਾਗਜ਼ ਹਾਲੇ ਆਏ ਨਹੀਂ ਹੈ। ਸਿੰਘ ਨਾਗਰਾ ਦਾ ਅਤੇ 5 ਦਿਨ ਦਾ ਰਿਮਾਂਡ ਮਿਲਿਆ ਵਾ ਸਾਨੂੰ, ਅਤੇ ਹੁਣ ਭਾਰਤ ਭੂਸ਼ਣ ਆਸ਼ੂ ਨੂੰ ਵੀ ਲਿਆਂਦਾ ਜਾਏਗਾ, ਉਹ ਡਿਸਾਈਡ ਕਰਾਂਗੇ। ਯਾਨੀ ਕਿ ਸੋਮਵਾਰ ਨੂੰ ਦੁਬਾਰਾ ਮੁੜ ਪੇਸ਼ ਕਰਾਂਗੇ, ਫਿਰ ਦੁਬਾਰਾ? ਬਿਲਕੁਲ, ਸੋਮਵਾਰ ਨੂੰ ਦੁਬਾਰਾ ਪੇਸ਼ ਕਰਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਹਿਲੇ ਪ੍ਰਕਾਸ਼ ਪਰਬ ਕੇ ਅਵਸਰ ਪਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਕੋ ਰੰਗ ਬਿਰੰਗੇ ਫੁੱਲੋਂ ਔਰ ਲਾਈਟੋਂ ਸੇ ਸਜਾਇਆ ਗਿਆ, ਜਿਸ ਕੇ ਬਾਅਦ ਸਾਇੰਕਾਲ ਰਹਿਰਾਸ ਕੇ ਬਾਅਦ ਸ਼੍ਰੋਮਣੀ ਕਮੇਟੀ ਕੀ ਔਰ ਸੇ ਅਲੌਕਿਕ ਦੀਪਮਾਲਾ ਔਰ ਆਤਿਸ਼ਬਾਜ਼ੀ ਕੀ ਗਈ। ਇਸ ਤਰ੍ਹਾਂ ਕਾ ਅਲੌਕਿਕ ਨਜ਼ਾਰਾ ਔਰ ਕਹੀਂ ਨਜ਼ਰ ਨਹੀਂ ਆਤਾ ਹੈ। ਇਸ ਅਲੌਕਿਕ ਨਜ਼ਾਰੇ ਕੋ ਦੇਖ ਕਰ ਐਸਾ ਲਗਤਾ ਹੈ ਕਿ ਜੈਸੇ ਆਸਮਾਨ ਸੇ ਪਟਾਖੋਂ ਕੀ ਵਰਸ਼ਾ ਹੋ ਰਹੀ ਹੈ। ਇਸ ਅਵਸਰ ਪਰ ਪਹੁੰਚੇ ਸ਼ਰਧਾਲੂ ਨੇ ਕਿਹਾ ਕਿ ਇਸ ਸ਼ਾਨਦਾਰ ਆਤਿਸ਼ਬਾਜ਼ੀ ਕੋ ਦੇਖ ਕਰ ਵੇ ਬਹੁਤ
ਖੁਸ਼ੀ ਮਹਿਸੂਸ ਕਰ ਰਹੇ ਹੈ ਔਰ ਐਸਾ ਅਲੌਕਿਕ ਨਜ਼ਾਰਾ ਉਨ੍ਹੋਂਨੇ ਕਭੀ ਨਹੀਂ ਦੇਖਾ ਤੋ ਵਹੀ ਸੰਗਤੋਂ ਕੇ ਦਰਸ਼ਨੋਂ ਕੇ ਲੀਏ ਜਲੋ ਸਾਹਿਬ ਕੋ ਵੀ ਸਜਾਇਆ ਗਿਆ। ਅੰਮ੍ਰਿਤਸਰ ਸੇ ਹਲਚਲ ਕਰੀ ਸੁਨੀਲ ਖੋਸਲਾ ਦੀ ਰਿਪੋਰਟ। ਜੀ ਅਸੀਂ ਦਰਸ਼ਨ ਕਰਨ ਆਏ ਹਾਂ ਗੁਰੂ ਮਹਾਰਾਜ ਦੇ ਅਤੇ ਪ੍ਰਕਾਸ਼ ਦਿਹਾੜਾ ਵਾ ਅਤੇ ਸੰਗਤਾਂ ਦੇ ਰੌਣਕ ਲੱਗੀ, ਵਾਹਿਗੁਰੂ ਬਹੁਤ ਸੰਗਤ ਆਈ ਆ ਅਤੇ ਵਾਹਿਗੁਰੂ ਦੀ ਕਿਰਪਾ ਹੈ ਮਹਾਰਾਜ ਦੀ। ਅਸੀਂ ਮਜੀਠ ਦੇ ਲਾਗੋ ਕੋਟਲੇ ਤੋਂ ਆਏ ਵਾਹਿਗੁਰੂ ਅਤੇ ਪਰਿਵਾਰ ਸਮੇਤ ਆਏ ਜੀ? ਨਹੀਂ, ਬੇਟਾ ਆਇਆ ਨਾਲ ਜੀ ਵਾਹਿਗੁਰੂ। ਪਹੁੰਚ ਕੇ ਤੁਹਾਨੂੰ ਕਿੱਦਾਂ ਲੱਗਿਆ ਜੀ? ਬਹੁਤ ਵਧੀਆ ਲੱਗਾ ਜੀ ਵਾਹਿਗੁਰੂ। ਮੈਂ ਸੇਵਾ ਕਰਕੇ ਕੌਲਿਆਂ ਦੀ ਆਈ ਹਾਂ ਅਤੇ ਸਵੇਰੇ ਆਈ ਹਾਂ ਸੁਬਹ ਆਈ ਫਿਰ। ਸੰਗਤਾਂ ਦਾ ਕਿੰਨਾ ਕੁ ਇਕੱਠ ਦੇਖਿਆ? ਬਹੁਤ ਜ਼ਿਆਦਾ ਵਾਹਿਗੁਰੂ ਇਕੱਠ ਜੇ, ਬਹੁਤ ਵਾਹਿਗੁਰੂ ਦੀ ਮਿਹਰ ਹੈ ਮਾਲਕ ਦੀ ਸੱਚੇ ਪਾਤਸ਼ਾਹ ਦੀ, ਇੱਦਾਂ ਹੀ ਕਿਰਪਾ ਬਣੀ ਰਹੇ ਅਤੇ ਇੱਦਾਂ ਹੀ ਬਣੀ ਰਹਿੰਦੀ ਜੇ ਵਾਹਿਗੁਰੂ ਜੀ। ਹਾਂਜੀ ਬਾਬਾ ਜੀ, ਅੱਜ ਪਹੁੰਚੇ ਜੇ ਤੁਸੀਂ ਅਤੇ ਦਿਹਾੜੇ 'ਤੇ ਕਿੱਦਾਂ ਤੁਹਾਨੂੰ ਲੱਗਿਆ? ਬਹੁਤ ਵਧੀਆ ਜੀ, ਸੰਗਤਾਂ ਕੱਲ੍ਹ ਤੋਂ ਹੀ ਆ ਰਹੀਆਂ ਨੇ, ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਅੱਜ, ਅਤੇ ਬਹੁਤ ਸੰਗਤਾਂ ਸ਼ਰਧਾ ਦੇ ਨਾਲ ਮਨਾ ਰਹੀਆਂ ਨੇ। ਆਪ ਜੀ ਦਾ ਵੀ ਬਹੁਤ ਧੰਨਵਾਦ, ਆਪ ਜੀ ਵੀ ਸੇਵਾ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੰਗਤਾਂ 'ਚ ਕਿੰਨਾ ਗੁੱਸਾ ਦੇਖਿਆ? ਬਹੁਤ ਜ਼ਿਆਦਾ ਜੀ ਕੱਲ੍ਹ ਤੋਂ ਹੀ, ਅਤੇ ਫੁੱਲਾਂ ਦੀ ਜਿਹੜੀ ਸੇਵਾ ਉਹ ਤਾਂ 2-3 ਦਿਨ ਤੋਂ ਚੱਲ ਰਹੀ ਆ, ਅਤੇ ਬਹੁਤ ਸੰਗਤਾਂ ਖੁਸ਼ ਨੇ, ਇੱਕ ਦੂਜੇ ਨਾਲ ਪਿਆਰ ਨਾਲ ਚੱਲ ਰਹੀਆਂ, ਪਿਆਰ ਨਾਲ ਮਿਲ ਰਹੀਆਂ, ਗੁਰੂ ਸਾਹਿਬ ਦੀ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ। ਦੂਰੋਂ ਦੁਰਾਡੇ ਸੰਗਤਾਂ ਕੱਲ੍ਹ ਦੀਆਂ ਹੀ ਆਈਆਂ ਨੇ, ਅਤੇ ਬਹੁਤ ਵਧੀਆ ਚੱਲ ਰਿਹਾ ਜੀ, ਸਤਿਗੁਰਾਂ ਦੀ ਕਿਰਪਾ ਸਾਰੀਆਂ ਸੰਗਤਾਂ ਦੇ ਉੱਤੇ। ਇਹਦਾ ਟਾਈਮ ਹੋਇਆ ਜੀ, ਉਹ ਵੀ ਚੱਲਣ ਵਾਲੀ ਹੈ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਦੇ ਘਰ 'ਚ ਅੱਜ ਬਹੁਤ ਰੌਣਕਾਂ ਨੇ। ਇਹਦਾ ਕੀ ਕਾਰਨ ਹੈ ਕਿ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ? ਸਮੁੱਚੀਆਂ ਸੰਗਤਾਂ, ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚੀਆਂ ਨੇ, ਲੋਕਲ ਸੰਗਤ ਵੀ ਬਹੁਤ ਪਹੁੰਚੀ ਆ, ਕਿਉਂਕਿ ਹਰ ਦੇ ਮਨ 'ਚ ਚਾਅ ਹੈ ਕਿ ਅਸੀਂ ਆਪਣੇ ਗੁਰੂ ਨੂੰ ਰੁਝਾ ਲਈਏ, ਰੁਝਾਨ ਦਾ ਮਤਲਬ ਗੁਰੂ ਨੂੰ ਖੁਸ਼ ਕਰ ਲਈਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅਤੇ ਆਪਣੀਆਂ ਜੋ ਬੇਨਤੀਆਂ ਗੁਰੂ ਦੇ ਚਰਨਾਂ 'ਚ ਕਰਨ ਵਾਸਤੇ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਦੇ ਦੁਆਰ ਪਹੁੰਚੇ ਹਾਂ। ਇਹ ਐਸਾ ਘਰ ਹੈ ਜਿੱਥੇ ਸਭ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਅੱਜ ਦਾ ਮਹਾਨ ਦਿਨ, ਅੱਜ ਦੇ ਦਿਨ 5ਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮਸਰ ਵਿਖੇ ਜਿੰਨੀ ਬਾਣੀ ਸੀ ਨਾ ਸਾਰੇ ਗੁਰੂਆਂ ਨੂੰ ਸੰਗ੍ਰਹਿ ਕੀਤਾ ਸੀ। ਸੰਗ੍ਰਹਿ ਕਰਕੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬਾਣੀ ਦਰਜ ਨਹੀਂ ਸੀ, ਪਰ ਮਹਾਰਾਜ ਜੀ ਨੇ ਪਹਿਲਾਂ 4 ਸਾਲ ਲਾ ਕੇ ਗੁਰੂ ਰਾਮਦਾਸ ਜੀ ਨੇ ਸੋਨੇ ਦਾ ਇਹ ਹਰਿਮੰਦਰ ਬਣਾਇਆ ਤਾਂ ਜੋ ਬਾਣੀ ਹੈ, ਜੋ ਸਤਿਗੁਰ ਦੀ ਬਖਸ਼ੀ ਹੈ, ਬੜੀ ਹੀ ਪਵਿੱਤਰ ਬਾਣੀ ਹੈ। ਗੁਰ ਸ਼ਬਦ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਹੋਣਾ ਸੀ, ਤੋ ਮਹਾਰਾਜ ਨੇ ਹਿੰਟ ਦੇ ਕੇ ਜੋ ਹੈ ਉਸ ਦਿਨ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪ ਕੇ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਪਹਿਲਾ ਹੁਕਮ ਆਇਆ, ਸੰਤਾਂ ਕੇ ਕਾਰਜ ਆਪ ਸਵਾਰਨ, ਹਰ ਕੰਮ ਕਰਾਵਣ ਆਇਆ ਰਾਮ। ਇਹ ਜੋ ਹੈ ਉਦੋਂ ਪਹਿਲਾ ਜੋ ਵਾਕ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ, ਅਤੇ ਇਹ ਪਹਿਲਾ ਵਾਕ ਜੋ ਹੈ ਇਹ ਉਦੋਂ ਆਇਆ ਸੀ। ਤੋ ਸਾਡਾ ਸਾਰਾ ਫਰਜ਼ ਬਣਦਾ ਜਿੱਥੇ ਅਸੀਂ ਇੰਨਾ ਕੁਛ ਕਰਦੇ ਹਾਂ, ਗੁਰੂ ਨੂੰ ਰੁਝਾਉਂਦੇ ਹਾਂ, ਬਾਬੇ ਨਾਨਕ ਦਾ ਹੁਕਮ ਮੰਨ ਕੇ ਜੋ ਹੈ ਸਾਨੂੰ ਚਾਹੀਦਾ ਹੈ ਅੰਮ੍ਰਿਤਸਰ ਸ਼ਹਿਰ ਨੂੰ ਜੋ ਵੱਧ ਤੋਂ ਵੱਧ ਜੋ ਹੈ ਗ੍ਰੀਨਿਸ਼ ਕੀਤਾ ਜਾਵੇ ਤਾਂ ਜੋ ਸਾਨੂੰ ਸਾਫ਼ ਸੁਥਰੀ ਹਵਾ ਮਿਲ ਸਕੇ। ਤੋ ਸਤਿਗੁਰੂ ਦੀ ਕਿਰਪਾ ਦੁਆਰਾ ਸੰਗਤਾਂ ਆਈਆਂ ਹਨ, ਅਸਤਬਾਜੀ ਜੋ ਹੋ ਰਹੀ ਹੈ, ਅਸਤਬਾਜੀ ਧਿਆਨ ਰੱਖਿਆ ਜਾਂਦਾ ਹੈ ਕਿ ਪੋਲੂਟਡ ਨਾ ਹੋਵੇ, ਐਸੇ ਢੰਗ ਨਾਲ ਚਲਾਈ ਜਾਂਦੀ ਹੈ ਕਿ ਜੋ ਹੈ ਗੁਰੂ ਦੀ ਬਖਸ਼ਿਸ਼, ਬੱਚੇ ਖੁਸ਼ ਹੁੰਦੇ ਹਨ, ਸਾਰੇ ਖੁਸ਼ ਹੁੰਦੇ ਹਨ, ਅਤੇ ਸਭ ਇਨਵਾਇਰਮੈਂਟ ਦਾ ਧਿਆਨ ਰੱਖ ਕੇ ਸਾਰਾ ਕਾਰਜ ਕੀਤਾ ਜਾਂਦਾ ਹੈ। ਬੜੀ ਸੁੰਦਰ ਸਜਾਵਟ ਹੋਈ ਹੈ, ਜੋ ਕਿ 2-3 ਦਿਨ ਤੋਂ ਲੱਗ ਕੇ ਸਜਾਵਟ ਕੀਤੀ ਗਈ ਹੈ, ਸੁੰਦਰ ਅਸਤਬਾਜੀ ਜੋ ਹੈ ਚਲਾਈ ਗਈ ਹੈ, ਸੰਗਤਾਂ ਆਨੰਦ ਮਾਣ ਰਹੀਆਂ ਹਨ। ਅਸੀਂ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਘਰ 'ਚ ਝੋਲੀਆਂ ਅੱਡ ਕੇ ਆਪਣੀਆਂ ਬਖਸ਼ਾਂ ਪ੍ਰਾਪਤ ਕਰਕੇ ਘਰਾਂ ਨੂੰ ਜਾਈਏ ਅਤੇ ਸਭ ਦਾ ਭਲਾ ਮੰਗੀਏ, ਕਿਉਂਕਿ ਬਾਬਾ ਨਾਨਕ ਜੀ ਕਹਿੰਦੇ ਆ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਸਰਾਂ ਰੋਡ ਚੰਡਿਆਲਾ ਗੁਰੂ ਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਹਿਲੇ ਪ੍ਰਕਾਸ਼ ਪਰਬ ਕੋ ਸਮਰਪਿਤ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਗਿਆ, ਜਿਸ ਮੇਂ ਸ੍ਰੀ ਦਰਬਾਰ ਸਾਹਿਬ ਕੇ ਹੈੱਡ ਗ੍ਰੰਥੀ ਭਾਈ ਰਾਜਦੀਪ ਸਿੰਘ ਵਿਸ਼ੇਸ਼ ਰੂਪ ਸੇ ਹਾਜ਼ਰੀ ਲਗਾਨੇ ਕੇ ਲਈ ਪਹੁੰਚੇ। ਇਸ ਮੌਕੇ ਪਰ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ, ਭਾਈ ਨਰਿੰਦਰ ਸਿੰਘ ਜੀ ਕੀ ਰਹਿਨੁਮਾਈ ਮੇਂ ਚੱਲ ਰਹੇ ਜਗਤ ਮਾਤਾ ਗੁਜਰ ਕੌਰ ਜੀ ਭਲਾਈ ਟਰੱਸਟ ਮੇਂ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਹਿਲੇ ਪ੍ਰਕਾਸ਼ ਪਰਬ ਪਰ ਸੰਗਤੋਂ ਨੇ ਬੜ ਚੜ੍ਹ ਕਰ ਭਾਗ ਲਿਆ। ਇਸ ਮੌਕੇ ਪਰ ਭਾਈ ਗੁਰੂ ਇਕਬਾਲ ਸਿੰਘ ਔਰ ਭਾਈ ਨਰਿੰਦਰ ਸਿੰਘ ਕੇ ਕੀਰਤਨ ਜੱਥੋਂ ਦੁਆਰਾ ਕੀਰਤਨ ਕਰ ਉਪਸਥਿਤ ਸੰਗਤ ਕੋ ਨਿਹਾਲ ਕੀਆ ਗਿਆ। ਇਸ ਦੌਰਾਨ ਉਨ੍ਹਾਂ ਨੇ ਸੰਗਤੋਂ ਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਮਹੱਤਤਾ ਔਰ ਉਨਕੇ ਉਪਦੇਸ਼ੋਂ ਪਰ ਚੜ੍ਹਨੇ ਕੇ ਲਈ ਸੰਦੇਸ਼ ਦਿਆ। ਇਸ ਅਵਸਰ ਪਰ ਹੈੱਡ ਗ੍ਰੰਥੀ ਗਿਆਨੀ ਭਾਈ ਰਾਜਦੀਪ ਸਿੰਘ ਕੀ ਔਰ ਸੇ ਗੁਰੂ ਸਾਹਿਬ ਕੇ ਚਰਨੋਂ ਮੇਂ ਸਰਬੱਤ ਕੇ ਭਲੇ ਕੀ ਅਰਦਾਸ ਵੀ ਕੀ ਗਈ। ਇਸ ਮੌਕੇ ਪਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਕੀ ਧਰਮ ਪਤਨੀ ਸੁਹਿੰਦਰ ਕੌਰ, ਬੇਟੀ ਪਰਮਜੀਤ ਕੌਰ, ਮੈਡਮ ਸੁਨੈਨਾ ਰੰਧਾਵਾ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਪ੍ਰਿੰਸੀਪਲ ਕੁਲਵਿੰਦਰ ਕੌਰ, ਭਾਈ ਹਰਮਿੰਦਰ ਸਿੰਘ, ਭਾਈ ਪਰਮਿੰਦਰ ਸਿੰਘ, ਭਾਈ ਭੁਪਿੰਦਰ ਸਿੰਘ ਸਹਿਤ ਅਸੰਖਿਅ ਸੰਗਤ ਵੀ ਮੌਜੂਦ ਰਹੀ। ਅੰਤ ਮੇਂ ਗੁਰੂ ਕਾ ਅਤੁੱਟ ਲੰਗਰ ਵੀ ਵਿਤਰਿਤ ਕੀਆ ਗਿਆ। ਜੰਡਿਆਲਾ ਗੁਰੂ ਸੇ ਹਲਚਲ ਕੇ ਲਈ ਅਸ਼ਵਨੀ ਸ਼ਰਮਾ ਕੀ ਰਿਪੋਰਟ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਤੇ ਨਤਮਸਤਕ ਹੁੰਦੇ ਹੋਏ ਕਿਸੇ ਨਾ ਕਿਸੇ ਭਾਵ ਦੇ ਵਿੱਚ ਸੇਵਾ ਕਰ ਰਹੇ ਨੇ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦਾ ਇੱਕ ਨਿਮਾਣਾ ਜਿਹਾ ਇਹ ਟਰੱਸਟ ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਜੋ ਜੰਡਿਆਲਾ ਗੁਰੂ ਸੇਵਾ ਨਿਭਾ ਰਿਹਾ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਇੱਥੋਂ ਵੀ ਇੱਕ ਉਪਰਾਲਾ 11 ਜੂਨ ਨੂੰ ਕੀਤਾ ਗਿਆ ਸੀ, ਜਿਹਦੇ ਵਿੱਚ ਇੱਕ ਹੌਕਾ ਦਿੱਤਾ ਗਿਆ ਸੀ ਕਿ ਜਿਹੜਾ ਆਉਣ ਵਾਲਾ ਪਹਿਲਾ ਪ੍ਰਕਾਸ਼ ਪੁਰਬ ਜੋ 4 ਸਤੰਬਰ ਨੂੰ ਆ ਰਿਹਾ ਹੈ ਕਿ 11 ਜੂਨ ਤੋਂ ਅਸੀਂ ਸਾਰੇ ਰਲ ਕੇ ਪਰਿਵਾਰਾਂ ਸਮੇਤ 125,000 ਜਾਪ ਮੂਲ ਮੰਤਰ ਦਾ ਕਰੀਏ। ਗੁਰੂ ਨੂੰ ਮੰਨਣਾ, ਗੁਰਬਾਣੀ ਨੂੰ ਆਪ ਜਪਣਾ ਅਤੇ ਅੱਗੇ ਜਪਾਉਣਾ। ਅਤੇ ਇੱਕ ਹੁੰਦਾ ਹੈ ਕਿ ਖਾਲੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੱਲਾਂ ਕਰਨੀਆਂ, ਇੱਕ ਹੁੰਦਾ ਆਪ ਜਪਣਾ ਅਤੇ ਹੋਰਨਾਂ ਨੂੰ ਜੁੜਨ ਦੀ ਬੇਨਤੀ ਕਰਨੀ। ਉਹ ਬੇਨਤੀ ਮਹਾਂਪੁਰਸ਼ਾਂ ਤੋਂ ਪ੍ਰੇਰਨਾ ਲੈ ਕੇ ਜਦੋਂ ਸੰਗਤ ਵਿੱਚ ਕੀਤੀ ਗਈ, ਗੁਰੂ ਸਾਹਿਬ ਜੀ ਦਾ ਇੰਨਾ ਤਰਸ ਵਰਤਿਆ, ਤਕਰੀਬਨ 11 ਕਰੋੜ ਦੇ ਕਰੀਬ ਸੰਗਤਾਂ ਨੇ ਮੂਲ ਮੰਤਰ ਦਾ ਜਾਪ ਕਰਕੇ ਬਹੁਤ ਵੱਡੀ ਗਿਣਤੀ ਵਿੱਚੋਂ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਨੇ ਜਾਪ ਭੇਜਿਆ। ਔਰ 2 ਦਿਨ ਜੋ ਸਾਡੀ ਟੀਮ ਬੈਠੀ ਸੀ, ਨਾ ਦਿਨ ਅਤੇ ਨਾ ਰਾਤ ਉਹਨਾਂ ਦਾ ਫੋਨ ਬੰਦ ਨਹੀਂ ਹੋਇਆ। ਇੰਨਾ ਉਤਸ਼ਾਹ ਸੰਗਤ ਨੇ ਪਹਿਲੇ ਪ੍ਰਕਾਸ਼ ਪੁਰਬ ਦੇ ਸਮਰਪਿਤ ਆਪਣਾ ਦਿਖਾਇਆ। ਇਹ ਸਾਡੇ ਵੀ ਬੋਲ ਤੋਂ ਬਾਹਰ ਹੈ, ਸ਼ਬਦ ਤੋਂ ਬਾਹਰ ਹੈ। ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਕੋਈ ਵੀ ਗੁਰਪੁਰਬ ਹੈ, ਗੁਰੂ ਦੀ ਗੱਲ ਮੰਨਣਾ ਹੈ ਅਤੇ ਅਸੀਂ ਗੁਰੂ ਦਾ ਜੋ ਬਚਨ ਸਾਨੂੰ ਕਮਾਉਣ ਲਈ ਕਹੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਆਇਓ ਪੜ੍ਹਨ ਸੁਣਨ ਕੋ ਬਾਣੀ, ਇਹ ਬਾਣੀ ਨੂੰ ਆਪਣੇ ਹਿਰਦੇ ਵਸਾਈਏ ਅਤੇ ਜਿਹੜੇ ਵੀ ਗੁਰੂਆਂ ਦੇ ਜਿੰਨੇ ਵੀ ਗੁਰਪੁਰਬ ਆਉਂਦੇ ਨੇ ਗੁਰਬਾਣੀ ਹਿਰਦੇ ਵਸਾ ਕੇ ਗੁਰੂਆਂ ਦੀ ਖੁਸ਼ੀ ਲਈਏ। ਔਰ ਗੁਰੂ ਸਾਹਿਬ ਦੇ ਤਰਸ ਨਾਲ ਅਸੀਂ ਬੇਨਤੀ ਤੇ ਮੂਲ ਮੰਤਰ ਦੇ ਜਾਪ ਦੀ ਕੀਤੀ ਸੀ, ਪਰ ਗੁਰੂ ਸਾਹਿਬ ਨੇ ਤਰਸ ਕੀਤਾ, ਸੰਗਤਾਂ ਨੇ ਜਪਜੀ ਸਾਹਿਬ ਵੀ, ਸੁਖਮਨੀ ਸਾਹਿਬ ਵੀ, ਔਰ ਲੱਖਾਂ ਦੇ ਜਾਪ, ਲੱਖਾਂ ਦੇ ਵਿੱਚ ਜਾਪ, ਵਾਹਿਗੁਰੂ ਸਿਮਰਨ ਵੀ, ਸਹਿਜ ਪਾਠ ਵੀ ਬਹੁਤ ਸਾਰੇ ਸੰਗਤਾਂ ਨੇ ਕੀਤੇ। ਉਹ ਬੜੀ ਅਕਥ ਕਥਾ ਹੈ ਜੀ ਸੰਗਤਾਂ ਦੀ, ਆਪ ਹੀ ਪਰਮੇਸ਼ਰ ਦਾ ਰੂਪ ਹੈ ਜਿਨ੍ਹਾਂ ਨੇ ਇੰਨੀ ਅਸੀਸ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਔਰ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲਦੇ ਇਸ ਨਿਮਾਣੇ ਜੇ ਟਰੱਸਟ ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਜੰਡਿਆਲਾ, ਗੁਰੂ ਦਾਸ ਨਰਿੰਦਰ ਸਿੰਘ ਸਾਰੇ ਨਾਲ ਸਹਿਯੋਗੀਆਂ ਨੂੰ ਇੰਨੀ ਅਸੀਸ ਬਖਸ਼ੀ, ਔਰ
ਆਈ ਹੋਈ ਸਾਰੀ ਟੀਮ ਸਾਰੇ ਮੀਡੀਆ ਤੋਂ ਉਹਨਾਂ ਦੇ ਵੀ ਅਸੀਂ ਨਮਸਕਾਰ ਕਰਦੇ ਹਾਂ ਕਿ ਘਰ ਘਰ ਆਪ ਦੀ ਰਾਹੀਂ ਇਹ ਸੁਨੇਹਾ ਭਲਾਈ ਕੇਂਦਰ ਦਾ ਪਹੁੰਚ ਰਿਹਾ, ਉਹ ਸੰਗਤਾਂ ਹੋਰ ਜੁੜ ਰਹੀਆਂ ਨੇ। ਜਲੰਧਰ ਛਾਵਣੀ ਕੇ ਅਧੀਨ ਅਤੇ ਦੀਪ ਨਗਰ ਮੇਂ ਰਾਜਮਾਤਾ ਮੰਦਿਰ ਵਾਲੀ ਗਲੀ, ਲੰਬੜ ਕਾਲੋਨੀ, ਪਾਰਕ ਵੈਨਿਊ ਔਰ ਕੱਛਾ ਮੁਹੱਲਾ ਮੇਂ ਲੋਕ ਸਟ੍ਰੀਟ ਲਾਈਟੋਂ ਕੀ ਖਰਾਬੀ ਕੀ ਵਜਹ ਸੇ ਕਾਫੀ ਪਰੇਸ਼ਾਨ ਚੱਲ ਰਹੀ ਥੀ, ਜਿਸਕੇ ਚਲਤੇ ਇਲਾਕਾ ਵਾਸੀਓਂ ਨੇ ਪ੍ਰਸਿੱਧ ਸਮਾਜ ਸੇਵਕ ਅਜੇ ਕੁਮਾਰ ਪਿਵਾਲ ਕੋ ਨੇ ਇਸ ਸਮੱਸਿਆ ਸੰਬੰਧੀ ਅਵਗਤ ਕਰਵਾਇਆ, ਜਿਸਕੇ ਬਾਅਦ ਅਜੇ ਕੁਮਾਰ ਪਿਵਾਲ ਨੇ ਸਭੀ ਇਲਾਕੇ ਕੀ ਸਟ੍ਰੀਟ ਲਾਈਟੋਂ ਕੋ ਠੀਕ ਕਰਵਾ ਕਰ ਇਲਾਕਾ ਵਾਸੀਓਂ ਕੀ ਸਮੱਸਿਆ ਕੋ ਹੱਲ ਕੀਆ। ਇਸ ਦੌਰਾਨ ਇਲਾਕਾ ਵਾਸੀਓਂ ਨੇ ਅਜੇ ਕੁਮਾਰ ਪਿਵਾਲ ਕਾ ਆਭਾਰ ਵੀ ਵਿਅਕਤ ਕੀਆ। ਇਸ ਮੌਕੇ ਪਰ ਸ਼ੇਖਰ, ਹਨੀ, ਪਵਨ, ਵਿਸ਼ੂ, ਸੰਜੂ, ਜਤਿਨ, ਰਾਜਾ, ਪੰਮਾ, ਨਿੱਕਾ, ਪ੍ਰੀਤੀ ਸਹਿਤ ਅਨੇ ਇਲਾਕਾ ਵਾਸੀ ਵੀ ਉਪਸਥਿਤ ਰਹੇ। ਜਲੰਧਰ ਛਾਵਣੀ ਸੇ ਹਲਚਲ ਕੇ ਲਈ ਕੈਮਰਾਮੈਨ ਜਤਿਨ ਰਾਜਪੂਤ ਕੀ ਰਿਪੋਰਟ। ਨਮਸਕਾਰ ਜੀ, ਮੈਂ ਅਜੇ ਪਿਵਾਲ, ਸੋਸ਼ਲ ਵਰਕਰ, ਦੀਪਨਗਰ ਤੋਂ ਜੀ। ਸਾਡੇ ਇੱਥੇ ਸਟ੍ਰੀਟ ਲਾਈਟਾਂ ਕਾਫੀ ਦੇਰ ਤੋਂ ਬੰਦ ਸੀ, ਰਾਜਮਾਤਾ ਮੰਦਿਰ ਵਾਲੀ ਗਲੀ ਔਰ ਕੱਚਾ ਮੁਹੱਲਾ ਔਰ ਪਾਰਕ ਐਵੀਨਿਊ ਔਰ ਸਾਡੇ ਲੰਬੜ ਕਲੋਨੀ ਔਰ ਰਾਜਮਾਤਾ ਮੰਦਿਰ ਦੇ ਬੈਕ ਸਾਈਡ, ਆਹ ਗਲੀਆਂ ਸਾਰੀਆਂ ਸਟ੍ਰੀਟ ਲਾਈਟ ਬੰਦ ਪਈਆਂ ਸੀ। ਕਾਫੀ ਭੈਣ ਭਰਾਵਾਂ ਦੇ ਫੋਨ ਆਏ ਇਸ ਵਿਸ਼ੇ ਨੂੰ ਲੈ ਕੇ, ਅਸੀਂ MLA ਪ੍ਰਗਟ ਸਿੰਘ ਨੂੰ ਸ਼ਿਕਾਇਤ ਲਗਾਈ ਤਾਂ MLA ਪ੍ਰਗਟ ਸਿੰਘ ਨੇ ਸ਼ਿਕਾਇਤ ਨੂੰ ਸੁਣਦੇ ਹੀ ਪਹਿਲ ਦੇ ਆਧਾਰ 'ਤੇ ਵਰਕਰ ਭੇਜ ਕੇ ਸਾਰੀ ਸਟ੍ਰੀਟ ਲਾਈਟਾਂ ਰਿਪੇਅਰ ਕਰਾਈਆਂ। ਅਸੀਂ ਦਿਲ ਦੀ ਗਹਿਰਾਈਆਂ ਤੋਂ MLA ਪ੍ਰਗਟ ਸਿੰਘ ਦਾ ਧੰਨਵਾਦ ਕਰਦੇ ਹਾਂ ਜੀ। ਜੈ ਹਿੰਦ ਜੀ। ਭਗਵਾਨ ਮਹਾਵੀਰ ਜੈਨ ਆਰਾਧਨਾ ਕੇਂਦਰ 343 ਨੂੰ ਜਵਾਹਰ ਨਗਰ ਵਿੱਚ ਚੱਲ ਰਹੇ ਪਰਵਾਧੀਰਾਜ ਪਣ ਪਰਵ ਕਾ ਪਾਂਚਵੇਂ ਦਿਵਸ ਪਰ ਪ੍ਰਭੂ ਮਹਾਵੀਰ ਕਾ ਜਨਮ ਕਲਿਆਣਕ ਮਹੋਤਸਵ ਬੜੇ ਹਰਸ਼ੋਲਾਸ ਕੇ ਸਾਥ ਮਨਾਇਆ ਗਿਆ। ਸ਼ਾਸਨ ਰਤਨ, ਸ਼ਾਸਨ ਜਯੋਤੀ ਸਾਧਵੀ ਪ੍ਰਗੁਨਾ ਸ਼੍ਰੀ ਜੀ, ਪੰਜਾਬ ਚੰਦਰਿਕਾ ਸਵਰ ਕੋਕਿਲਿਆ ਸਾਧਵੀ ਪ੍ਰਿਆਚ ਸ਼੍ਰੀ ਜੀ ਠਾਣਾ ਚਾਰ ਕੀ ਨਿਸ਼੍ਰਮਿਕ ਕਾਰਜਕ੍ਰਮ ਸੰਪੰਨ ਹੋਇਆ, ਜਿਸਕੇ ਬਾਅਦ ਸਨਾਤਨ ਪੂਜਾ ਸ਼੍ਰੀ ਆਤਮ ਵੱਲਭ ਜੈਨ ਯੁਵਤੀ ਮੰਡਲ ਦੁਆਰਾ ਕੀ ਗਈ। ਕਲਪ ਸੂਤਰ ਵਾਚਨਾ ਸਾਧਵੀ ਜੀ ਮਹਾਰਾਜ ਸਾਹਿਬ ਦੁਆਰਾ ਕੀ ਗਈ। ਸਾਧਾਰਮਿਕ ਵਾਤਸਲਯ ਕਾ ਆਯੋਜਨ 12 ਵਜੇ ਸੇ 2 ਵਜੇ ਤੱਕ ਹੁਆ, ਜਿਸਕੇ ਲਾਭਾਰਥੀ ਪਰਿਵਾਰ ਕਾਂਤਾ ਗੁਨੀ ਜੈਨ, ਰਾਜੇਸ਼ ਜੈਨ, ਨੀਤੀ ਜੈਨ, ਆਸ਼ੀ, ਪਰੀਸ਼ਾ ਜੈਨ ਸ਼ਾਮਿਲ ਰਹੇ। ਏਸ਼ੀਅਨ ਕੈਨੀਕਲ ਜਲੰਧਰ ਸੇ ਪੂਜਾ ਏਵਮ ਮਾਤਾ ਤ੍ਰਿਸ਼ਲਾ ਕੇ 14 ਸਵਪਨ ਏਵਮ ਜਨਮ ਕਲਿਆਣਕ ਦੁਪਹਿਰ 2 ਵਜੇ ਸੇ ਨਾਲਾ ਲੰਮੂ ਰਾਮ ਗਿਆਨ ਦੇਵੀ ਜੈਨ ਪ੍ਰਵਚਨ ਹਾਲ ਮੇਂ ਮਾਤਾ ਤ੍ਰਿਸ਼ਲਾ ਕੇ 14 ਸਵਪਨ ਦਰਸ਼ਾਵੀ ਗਏ ਏਵਮ ਉਨਕੀ ਬੋਲੀਆਂ ਕਰਵਾਈ ਗਈ। ਸਭੀ ਉਪਸਥਿਤ ਧਰਮ ਪ੍ਰੇਮੀਓ ਨੇ ਬੜ ਚੜ੍ਹ ਕਰ ਇਨ ਬੋਲੀਓ ਮੇਂ ਲਾਭ ਲਿਆ। ਪਰਮਾਤਮਾ ਕੇ ਪਾਵਨਾ ਜੀ ਕਾ ਡਰੋਰ ਰਾਕੇਸ਼ ਕੁਮਾਰ, ਸਵਿਤਾ ਰਾਣੀ ਜੈਨ, ਰਜਤ ਪ੍ਰੀਤੀ ਜੈਨ, ਓਨਸ ਏਵਮ ਇਨਾਇਤ ਮੈਸੇਜ ਜੈਨਸਨ ਇੰਡਸਟਰੀਜ਼ ਜਲੰਧਰ ਕਾ ਨਿਕਲਾ। ਇਸ ਮੌਕੇ ਪਰ ਅਧਿਅਕਸ਼ ਰਵੀਕਾਂਤ ਜੈਨ, ਪ੍ਰਧਾਨ ਕਮਲ ਜੈਨ, ਮਹਾਂਮੰਤਰੀ ਵਿਨੇਸ਼ ਜੈਨ, ਕੋਸ਼ਾਧਿਅਕਸ਼ ਸ਼ੀਤਲ ਜੈਨ, ਮੰਤਰੀ ਲੋਕੇਸ਼ ਜੈਨ, ਸ਼੍ਰੀ ਆਤਮ ਵੱਲਭ ਜੈਨ ਯੁਵਤੀ ਮੰਡਲ, ਡਿੰਪਲ, ਮਧੂ ਜੈਨ, ਮੋਨਿਕਾ ਜੈਨ, ਚੰਦਰਕਾਂਤਾ ਜੈਨ, ਸ਼ਿਵਾਲੀ ਜੈਨ ਸ਼ਾਮਿਲ ਰਹੀ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਰਜਨੀਸ਼ ਸ਼ਰਮਾ ਕੀ ਰਿਪੋਰਟ। ਕਿਰਪਾ।
सोडल जी के 17 सितंबर को आ रहे मेले के उपलक्ष्य में चड्डा बिरादरी की ओर से शहर के गणमान्य लोगों को इस मेले में आमंत्रित करने के लिए निमंत्रण पत्र प्रदान किए जा रहे हैं। इसी के तहत श्री सिद्ध बाबा सोडल ट्रस्ट एवं चड्डा बिरादरी की ओर से पूर्व कैबिनेट मंत्री अवतार हेनरी, पूर्व विधायक राजेंद्र बेरी, पूर्व विधायक मनोरंजन कालिया, पूर्व CPS KD भंडारी व आप नेता अमित ढल को निमंत्रण पत्र प्रदान किया गया। इस अवसर पर सभी ने चड्डा बिरादरी को विश्वास दिलाया कि वे इस मेले में बढ़ चढ़कर भाग लेकर श्री सिद्ध बाबा सोडल जी का आशीर्वाद प्राप्त करेंगे और ट्रस्ट व चड्डा बिरादरी को अपना पूर्ण सहयोग देंगे। इस अवसर पर चड्डा बिरादरी के प्रधान विपन चड्डा बब्बी, महासचिव श्यामलाल चड्डा सहित अन्य सदस्यगण भी उपस्थित रहे। जालंधर से हलचल के लिए कैमरामैन सुरेंद्र बाबा की रिपोर्ट। श्री सिद्ध बाबा सोडल जी का जिहड़ा मेला है वह 17 तरीक नूं 17 सितंबर नूं आ रहा है और अज चड्डा बिरादरी के सारे आगू साहिबान लैटर देने वास्ते आए और मैं जरूर उत्थे पहुंचांगा अपने परिवार समेत और जिहड़ा भी इंसान जो भी उत्थों मंगदा है बाबा जी वालों उनका जो भी मंग होंगी पूरी की जाती है और ये मेला जलंधर के नहीं पंजाब नहीं सारे संसार के बड़ी धूमधाम के नाल उतों के लोग इतने आते हैं और अपन जो भी उन्होंने मनोकामनियाँ पूरिया करने वास्ते हर मेले के उपर जोर शोर न बैंड बाजे न कोई ढोल के नाल आता है और मैं फिर एक बार सिद्ध बाबा सोडल जी के चरणों के यही अरदास करता कि उन्हों का आशीर्वाद साढ़े तो इस मैनेजमेंट कमेटी के उपर और सारे जिन्हें भी उत्थे मत्था टेकने वास्ते आते हैं जो भी अपने मन के मुराद लैके आते हैं उन्होंने उपर उन्हों का सुख भरया आशीर्वाद जय बाबे। मंगलवार 17 तरीक न हर साल की तरह श्री सिद्ध बाबा सोडल बाबा जी का मेला जोड़ा बड़ा ही हर्षोल्लास में बड़ी धूमधाम में मनाया जाता है। चड्डा बरादरी वालों मैनेज करके ये बहुत ही विश्व प्रसिद्ध इनू आप कह सकते पूरी दुनिया च लोग आने के मत्था टेकन लिए बहुत ही मशहूर मेला जो सा नॉर्थ इंडिया का सब ज़्यादा मशहूर मेला हम सारे नगर वासी शहर वासी तो देश वासी ने भी बधाई दें। जय सिद्ध बाबा सोडल जी। हर साल की तरह इस साल का भी बाबा सोडल जी का मेला आ रहा और चंडे की रसम 15 सितंबर नूं हुंदी है शामी 5 बजे और ये मेला एक दिन पहला शुरू होता है एक दिन बाद तक चलता रहता है और ये उत्तरी भारत का सब तो बड़ा मेला है और ये लोग मुरादा मंगते हैं जिन्हां दी मुरादा पूरियां हो जाती हैं और ढोल टमके नाल आके धन्यवाद करते जाते हैं तो चड्डा बिरादरी वालों इसका आयोजन होता है। ਮੈਂ ਮੰਗਲ ਕਾਮਨਾ ਕਰਦਾ ਬਾਬਾ ਸੋਡਲ ਜੀ ਕਿਰਪਾ ਕਿਰਪਾ ਸਾਰਿਆਂ 'ਤੇ ਬਣੀ ਰਹੇ। ਬਹੁਤ ਹੀ ਇਹ ਮਾਣ ਦੀ ਗੱਲ ਹੈ ਕਿ 17 ਸਤੰਬਰ ਨੂੰ ਸਿੱਧ ਬਾਬਾ ਸੋਡਲ ਜੀ ਦਾ ਮੇਲਾ ਜਿਹੜਾ ਕਿ ਪੂਰੇ ਸੰਸਾਰ ਭਰ ਦੇ ਵਿੱਚ ਲੋਕ ਸ਼ਰਧਾ ਦੇ ਨਾਲ ਇੱਥੇ ਆਉਂਦੇ ਆ ਉਹ ਮਨਾਇਆ ਜਾ ਰਿਹਾ ਵੈ ਔਰ ਅੱਜ ਮੇਰੇ ਕੋਲ ਚੱਦਾ ਬਰਾਦਰੀ ਦੇ ਪ੍ਰਧਾਨ ਸਾਹਿਬ ਬੱਬੀ ਚੰਡਾ ਜੀ ਸ਼ਾਮ ਲਾਲ ਜੀ ਅਤੁਲ ਜੀ ਸਾਰੀ ਟੀਮ ਅੱਜ ਨਿਮੰਤਰਨ ਦੇਣ ਵਾਸਤੇ ਹਵਨ ਦੇ ਮੇਰੇ ਕੋਲ ਆਏ ਆ ਮੈਂ ਇਹਨਾਂ ਦਾ ਵੈਲਕਮ ਕਰਦਾ ਮੈਂ ਸਾਰੀ ਸੰਗਤ ਨੂੰ ਆਹਵਾਨ ਕਰੂੰਗਾ ਕਿ ਆਪਾਂ ਸਾਰੇ 17 ਤਰੀਕ ਤੋਂ ਮੇਲਾ ਸ਼ੁਰੂ ਹੋ ਜਾਣਾ ਔਰ ਮੇਲਾ 4-5 ਦਿਨ ਚੱਲਦਾ ਵੈ ਔਰ ਇਸ ਮੇਲੇ ਦੀ ਇਸ ਮੰਦਿਰ ਦੀ ਇੰਨੀ ਆਸਥਾ ਵੈ ਕਿ ਲੋਕ ਵਿਦੇਸ਼ਾਂ ਦੇ ਵਿੱਚੋਂ ਆ ਕੇ ਇੱਥੇ ਨਤਮਸਤਕ ਹੁੰਦੇ ਆ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਭਗਤਾਂ ਨੂੰ ਆਹਵਾਨ ਕਰੂੰਗਾ ਕਿ ਆ ਕੇ ਆਪਣੇ ਮਨ ਦੀ ਮੁਰਾਦ ਮੰਗੋ
ਤੇ ਬਾਬਾ ਜੀ ਤੁਹਾਡੀ ਹਰ ਮੁਰਾਦ ਪੂਰੀ ਕਰਨਗੇ। ਅਗਲੇ ਨਾਲ ਫਿਰ ਆ ਕੇ ਸ਼ੁਕਰਾਨਾ ਕਰੋ ਬਾਬਾ ਜੀ ਦਾ ਅਗਲੇ ਨੂੰ। ਹੁਣ ਮੈਂ ਚੱਡਾ ਬਰਾਦਰੀ ਦਾ ਧੰਨਵਾਦ ਕਰੂੰਗਾ ਕਿ ਜਿਹੜੇ ਸਾਰੇ ਵਿਵਸਥਾ ਕਰਦੇ ਉੱਥੇ ਦੀ, ਚੱਡਾ ਟਰੱਸਟ ਦਾ ਵੀ ਧੰਨਵਾਦ ਕਰੂੰਗਾ, ਸ਼ੀਤਲ ਬਿੱਜ ਸਾਹਿਬ ਦਾ, ਸੁਦੇਸ਼ ਚੱਡਾ ਸਾਹਿਬ ਦਾ, ਸੁਦੇਸ਼ ਚੱਡਾ ਜੀ ਦਾ, ਨਸੀਮ ਕਪੂਰ ਸਾਹਿਬ ਦਾ, ਸਾਡੀ ਪੂਰੀ ਟੀਮ ਦਾ। ਅਸੀਂ ਜਿਹੜੀ ਕਿ ਉੱਥੇ ਵਿਵਸਥਾ ਦੇ ਵਿੱਚ ਬੜੀ ਲਗਨ ਔਰ ਭਾਵ ਦੇ ਨਾਲ ਲੰਗਰ ਦੀ ਵਿਵਸਥਾ ਵੀ ਕਰਦੇ ਹਾਂ, ਔਰ ਹਰ ਜਿਹੜਾ ਸ਼ਰਧਾਲੂ ਆਉਂਦਾ ਵਾ ਉਹਨੂੰ ਤਰੀਕੇ ਦੇ ਨਾਲ ਮੱਥਾ ਟਿਕਾਉਣਾ। ਔਰ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ, ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ, ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ, ਔਰ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਵੀ ਜਿਹੜੀਆਂ ਵੀ ਸੜਕਾਂ ਟੁੱਟੀਆਂ ਵਾ ਉੱਥੇ ਪੈਚਵਰਕ ਕਰਾਇਆ ਜਾਵੇ, ਜਿੱਥੇ ਲਾਈਟ ਦੀ ਵਿਵਸਥਾ ਕਰਨੀ ਲਾਈਟ ਲਵਾਈ ਜਾਵੇ, ਅਤੇ ਪਾਣੀ ਦੇ ਟੈਂਕਰ ਰੱਖਣੇ ਆ। ਇਹ ਮੇਲਾ ਸਾਡੇ ਸ਼ਹਿਰ ਦੀ ਇੱਕ ਬਹੁਤ ਵੱਡੀ, ਮੈਂ ਕਹਿ ਸਕਦਾ ਵਾ, ਤਾਕਤ ਹੈ। ਲੋਕ ਇਸ ਮੇਲੇ 'ਤੇ ਦੂਰੋਂ ਦੂਰੋਂ ਆਉਂਦੇ ਆ, ਔਰ ਅਸੀਂ ਵੀ ਬਾਬਾ ਜੀ ਦੇ ਭਗਤ ਹੋਣ ਦੇ ਨਾਤੇ 10 ਸਾਲ ਸੇਵਾ ਨਿਭਾਈ ਹੈ, ਔਰ ਜੋ ਸਾਡੇ ਭਰਾ ਸਾਨੂੰ ਕਹਿੰਦੇ ਸੀ ਅਸੀਂ ਉਹ ਪੂਰੇ ਕਰਦੇ ਸੀ। ਇਸ ਕਰਕੇ ਫਿਰ ਇੱਕ ਵਾਰੀ ਮੈਂ ਚੱਡਾ ਬਰਾਦਰੀ ਦੇ ਦੋਨੇ ਸਾਡੇ ਜੋ ਸਾਰੀ ਟੀਮ ਆਈ ਆ, ਇਹਨਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਮੈਂ, ਔਰ ਬਾਬਾ ਜੀ ਦੀ ਅਰਦਾਸ ਕਰੂੰਗਾ ਕਿ ਸਾਰੀ ਟੀਮ ਇਸੇ ਤਰੀਕੇ ਨਾਲ ਤੰਦਰੁਸਤ ਰਹੇ, ਇਹਨਾਂ ਦੀ ਲੰਬੀ ਉਮਰ ਹੋਵੇ, ਇਸੇ ਤਰੀਕੇ ਦੇ ਨਾਲ ਇਹ ਸਾਡੇ ਧਰਮ ਦੀ ਸੇਵਾ ਕਰਦੇ ਰਹਿਣ। ਬੋਲ ਬਾਬਾ ਸੋਢਲ ਜੀ ਕੀ ਜੈ। ਮਾਂ ਬੰਗਲਾ ਮੁਖੀ ਧਾਮ ਗੁਲਮੋਹਰ ਸਿਟੀ ਨਜ਼ਦੀਕ ਲੰਮਾ ਪਿੰਡ ਚੌਂਕ ਜਲੰਧਰ ਵਿੱਚ ਮਾਂ ਬੰਗਲਾ ਮੁਖੀ ਜੀ ਕੇ ਨਿਯਮਿਤ ਸ਼ਰੰਖਲਾਬੱਧ ਸਪਤਾਹਿਕ ਦਿਵਯ ਹਵਨ ਯੱਗ ਕਾ ਆਯੋਜਨ ਮੰਦਿਰ ਪਰਿਸਰ ਮੇਂ ਕੀਆ ਗਿਆ। ਸਰਵਪ੍ਰਥਮ ਬ੍ਰਹਮਣੋ ਦੁਆਰਾ ਮੁਖਯ ਯਜਮਾਨ ਇੰਦਰ ਸੇ ਵਿਧੀਵਤ ਵੈਦਿਕ ਰੀਤੀ ਅਨੁਸਾਰ ਪੰਚੋਪਚਾਰ ਪੂਜਨ, ਸ਼ੋਸ਼ੋਪਚਾਰ ਪੂਜਨ, ਨਵਗ੍ਰਹਿ ਪੂਜਨ ਉਪਰੰਤ ਸਭ ਪਰਿਵਾਰ ਹਵਨ ਯੱਗ ਮੇਂ ਆਹੁਤੀਆਂ ਡਲਵਾਈ ਗਈ। ਤੋ ਵਹੀਂ ਮਾਂ ਬੰਗਲਾ ਮੁਖੀ ਧਾਮ ਕੇ ਪ੍ਰੇਰਕ ਪ੍ਰਵਕਤਾ ਨਵਜੀਤ ਭਾਰਦਵਾਜ ਜੀ ਨੇ ਦਿਵਯ ਹਵਨ ਯੱਗ ਕੇ ਉਪਲਕਸ਼ ਮੇਂ ਉਪਸਥਿਤ ਸੰਗਤ ਕੋ ਸੰਤ ਕਾ ਚਰਿੱਤਰ ਚਿਤਰਨ ਕਰਦੇ ਹੋਏ ਬਤਾਇਆ ਕਿ ਸੰਤ ਕੋ ਅਗਰ ਕਰੋੜੋ ਦੁਸ਼ਟ ਲੋਕ ਮਿਲੇ ਉਨਕੇ ਸਾਥ ਦੁਰਵਿਵਹਾਰ ਕਰੇ ਤੋ ਵੀ ਵੇ ਆਪਣੀ ਸੱਜਣਤਾ ਕਾ ਤਿਆਗ ਨਹੀਂ ਕਰਤਾ। ਜਿਸ ਪ੍ਰਕਾਰ ਚੰਦਨ ਕੇ ਵਰਿਕਸ਼ ਪਰ ਸਰਪ ਲਿਪਟੇ ਰਹਤੇ ਹੈ ਲੇਕਿਨ ਵੇ ਆਪਣੀ ਸ਼ੀਤਲਤਾ ਦਾ ਨਹੀਂ ਛੋੜਤਾ, ਐਸੇ ਹੀ ਕੋਈ ਸੰਤ ਕੋ ਚਾਹੇ ਕਿਤਨੇ ਹੀ ਦੁਸ਼ਟ ਲੋਕ ਮਿਲੇ ਵੀ ਆਪਣਾ ਸੰਤਪਨ ਨਹੀਂ ਤਿਆਗਦੇ। ਇਸ ਅਵਸਰ ਪਰ ਸ਼ਵੇਤ ਭਾਰਦਵਾਜ, ਪੂਨਮ ਪ੍ਰਭਾਕਰ, ਰਾਕੇਸ਼ ਪ੍ਰਭਾਕਰ, ਬਾਬਾ ਹਲਚਲ, ਬਲਦੇਵ ਸਿੰਘ ਸਹਿਤ ਭਾਰੀ ਸੰਖਿਆ ਮੇਂ ਭਕਤਜਨ ਉਪਸਥਿਤ ਰਹੇ। ਵਹੀਂ ਹਵਨ ਯੱਗ ਉਪਰੰਤ ਵਿਸ਼ਾਲ ਲੰਗਰ ਭੰਡਾਰੇ ਕਾ ਆਯੋਜਨ ਵੀ ਕੀਆ ਗਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਰੇਂਦਰ ਬਾਬਾ ਕੀ ਰਿਪੋਰਟ। ਜੈ ਮਾਤਾ ਦੀ ਜੀ। ਅੱਜ ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ ਜੋ ਕਿ ਲੰਮਾ ਪਿੰਡ ਚੌਂਕ ਦੇ ਨਜ਼ਦੀਕ ਸਥਿਤ ਹੈ, ਮਾਂ ਦੇ ਇਸ ਭਵਯ ਮੰਦਰ ਦੇ ਵਿੱਚ ਅੱਜ ਮਹਾਮਾਈ ਦੀ ਕਿਰਪਾ ਦੇ ਨਾਲ ਜਿਹੜਾ ਸਪਤਾਹਿਕ ਦਿਵਯ ਹਵਨ ਯੱਗ ਨਿਸ਼ੁਲਕ ਹੁੰਦਾ ਹੈ ਉਹ ਹੋਇਆ। ਮਹਾਮਾਈ ਦੇ ਚਰਣਾਂ 'ਚ ਸਾਰੇ ਭਗਤਾਂ ਨੇ ਰਲ ਕੇ ਆਹੁਤੀਆਂ ਡਾਲੀਆਂ ਹਵਨ ਯੱਗ ਦੇ ਵਿੱਚ, ਔਰ ਆਪਣੀਆਂ ਜਿਹੜੀਆਂ ਆਸਾਂ ਮੁਰਾਦਾਂ ਮਹਾਮਾਈ ਦੇ ਚਰਣਾਂ 'ਚ ਰੱਖੀਆਂ, ਮਹਾਮਾਈ ਸਾਰਿਆਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰੇ ਔਰ ਆਪਣਾ ਮਿਹਰ ਭਰਿਆ ਆਸ਼ੀਰਵਾਦ ਰੱਖੇ। ਇਸ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ 14, 15, 16 ਤਰੀਕ ਨੂੰ ਸ਼ਨੀਵਾਰ, ਇਤਵਾਰ ਔਰ ਸੋਮਵਾਰ ਨੂੰ ਸ਼੍ਰੀ ਗਣੇਸ਼ ਚਤੁਰਥੀ ਜਿਹੜਾ ਗਣੇਸ਼ ਉਤਸਵ ਹੈ ਉਸ ਦੇ ਉਪਲਕਸ਼ 3 ਦਿਨ ਗਣੇਸ਼ ਜੀ ਦੀ ਜਿਹੜੀ ਹੈ ਪੂਜਾ ਵੰਦਨਾ ਆਰਤੀ ਹੋਏਗੀ, ਔਰ 17 ਤਰੀਕ ਦਿਨ ਮੰਗਲਵਾਰ ਨੂੰ ਵਿਸਰਜਨ ਹੋਏਗਾ। ਸਾਰੇ ਮਹਾਨੁਭਾਵ ਨੂੰ ਕਰਵਤ ਪ੍ਰਾਰਥਨਾ ਹੈ ਕਿ ਉਹ ਜਿਹੜਾ 14, 15, 16 ਤਰੀਕ ਰਾਤ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਆਨੰਦ ਮਾਣਨ ਭਜਨ ਕੀਰਤਨ ਦਾ, ਉਸ ਤੋਂ ਬਾਅਦ ਇੱਕ ਵਿਸ਼ਾਲ ਲੰਗਰ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ, ਉਹਦੇ ਵਿੱਚ ਸ਼ਾਮਿਲ ਹੋ ਕੇ ਗਣੇਸ਼ ਜੀ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਆਪਣੇ ਕੰਮ ਸਾਰੇ ਸਿੱਧ ਕਰੋ। ਜੈ ਮਾਂ ਬਗਲਾ ਮੁਖੀ ਜੀ, ਜੈ ਮਾਂ ਬਗਲਾ।
अखिल भारतीय दुर्गा सेना संगठन की ओर से साप्ताहिक मां बंगलामुखी हवन यज्ञ का आयोजन प्राचीन शिव मंदिर दमोरिया पुल में श्री श्री 108 महाराज स्वामी सिकंदर जी की अध्यक्षता में किया गया, जिसमें आचार्य पंडित चक्रदेव जोशी ने वैदिक मंत्रोच्चारण कर सभी देवी देवताओं का आवाहन कर अग्नि प्रज्वलित कर हवन यज्ञ का शुभारंभ किया। तो वहीं अखिल भारतीय दुर्गा सेना संगठन के अश्विनी यादव ने बताया कि यह हवन यज्ञ श्री श्री 108 महाराज स्वामी सिकंदर एवं गुरु माता नीरज रतन सिकंदर जी की प्रेरणा से हर सप्ताह करवाया जाता है। इस दौरान भक्तों द्वारा हवन यज्ञ में आहुतियां डालकर विश्व की मंगल कामना की गई। इस अवसर पर श्री श्री 108 महाराज स्वामी सिकंदर, गुरु माता नीरज रतन सिकंदर, देवेश राम सिकंदर, पंडित चक्रदेव जोशी, अश्विनी कुमार यादव, अखिल भारतीय दुर्गा सेना संगठन की महिला विंग की लक्ष्मी शर्मा, पूजा शर्मा, वीना जैन, राधा अरोड़ा, बलजीत कौर सहित असंख्य भक्तजन उपस्थित रहे। जालंधर से हलचल के लिए कैमरामैन सुदेश भगत की रिपोर्ट। ॐ ह्रीं बगलामुखी सर्वदुःखानां पाचं मुखं पदं समे जीवा किल किल बुद्धिविनाशे हरिः ॐ स्वाहा। ॐ ह्रीं बगलामुखी सर्वदुःखानां पाचं मुखं पदं समे जीवा किल किल बुद्धिविनाशे हरिः ॐ स्वाहा। ॐ ह्रीं बगलामुखी सर्वदुःखानां पाचं मुखं पदं समे समाज सेवी और प्रतिष्ठित नागरिक चेतन कालिया का गत दिवस आकस्मिक निधन हो गया। उनका अंतिम संस्कार जालंधर के मॉडल टाउन स्थित शमशान घाट में किया गया। इस दौरान उन्हें मुखाग्नि उनके बेटे राघव कालिया ने दी। इस मौके पर पारिवारिक सदस्यों में पत्नी निशा कालिया, राघव कालिया, सुमिति कालिया, सुरभि कालिया, नेहा कालिया, अभिनव सलील सहित शहर के धार्मिक, सामाजिक और व्यापारिक वर्ग से जुड़े लोगों ने पहुंचकर स्वर्गीय चेतन कालिया को नम आंखों से अंतिम विदाई दी। और अब अंत में हलचल की गतिविधियों पर एक नजर फिर से। अमृतसर के अधीन आते गांव इपन कला में एक कोल्ड स्टोर को लगभग 40 लुटेरों ने बनाया निशाना। 2 करोड़ रुपयों का ड्राई फ्रूट लूट हुए फरार। भीखीविंड के थाना खालड़ा पुलिस ने गश्त के दौरान एक नशा तस्कर को किया काबू। 541 ग्राम हेरोइन की बरामद। जालंधर कमिश्नरेट पुलिस ने 2 नाबालिग लड़कियों को 24 घंटों में ढूंढ निकाला। माता पिता की किया हवाले।
इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।